फिल्लौर के मेन बाजार में कल रात चोरों ने एक रेडीमेड कपड़ों की दुकान की छत तोड़कर लाखों रुपयों की चोरी को अंजाम दिया है। चोरी का पता उस वक्त लगा जब सुबह दुकान के मालिक हरि कृष्ण टीटा ने दुकान खोली तो दुकान के अंदर सामान बिखरा पड़ा था। वह चोर दुकान में पड़ा कैश और कपड़े ले गए थे। मौके पर पहुंचे नगर कौंसिल के प्रधान बिट्टू मदान ने तुरंत इसकी जानकारी पुलिस को दी, जिसके बाद पुलिस ने चोरी वाली जगह का जायजा लिया और अगली कार्रवाई शुरू कर दी। वहीं इस घटना के बाद से दुकानदारों में जबरदस्त रोष देखने को मिला। ਅਸੀਂ ਆਪਣੀ ਸਵੇਰੇ ਦੁਕਾਨ 'ਤੇ ਆਏ ਹਾਂ, ਰਾਤੀ ਦੁਕਾਨ ਬੰਦ ਕਰਕੇ ਸਵੇਰੇ ਆ ਕੇ ਦੇਖਿਆ ਤਾਂ ਸਾਡਾ ਸਮਾਨ ਖਿਲਰਿਆ ਪਿਆ, ਸਾਰਾ ਸਮਾਨ ਖਿਲਰਿਆ ਪਿਆ ਜੀ ਸਾਡਾ। ਅਸੀਂ ਵੀ ਆ ਕੇ ਦੇਖਿਆ, ਸਾਡਾ ਕੈਸ਼ ਵੀ ਨਹੀਂ ਸੀ। ਕੱਲ੍ਹ ਅਸੀਂ ਬੈਂਕ 'ਚੋਂ 40,000 ਰੁਪਏ ਕਢਾ ਕੇ ਲਿਆਏ ਸੀਗੇ, ਬਾਕੀ ਸਾਡੇ ਹੋਰ ਪਰਸਨਲ ਪੈਸੇ ਪਏ ਸੀ ਦੁਕਾਨ 'ਤੇ, ਉਹ ਵੀ ਲੈ ਗਿਆ, ਸਾਰਾ ਸਮਾਨ ਵੀ ਲੈ ਗਿਆ, ਸਾਡੇ ਕੱਪੜੇ ਬੂਟ ਆਪਣਾ ਇੱਥੇ ਛੱਡ ਗਏ, ਸਾਡਾ ਲੈ ਗਿਆ ਤਾਂ ਸਮਾਨ। ਨੁਕਸਾਨ 40,000 ਤਾਂ ਕੈਸ਼ ਹੈ ਸਾਡਾ, 60,000 ਜੀ, ਓਕੇ, ਬਾਕੀ 40-25,000 ਦੇ ਕੱਪੜੇ ਅਤੇ ਅੰਦਰ ਚੋਰੀ ਹੋ ਗਈ ਆ, ਜਿਹਦੇ ਵਿੱਚ ਗੱਲੇ 'ਚ ਕਾਫੀ ਪੈਸੇ ਸੀਗੇ, ਕਰੀਬ 1,00,000 ਰੁਪਇਆ ਦੱਸ ਰਿਹਾ, ਅਤੇ ਕੁਛ ਕੱਪੜੇ ਜਿਹੜੇ ਚੋਰੀ ਹੋ ਗਏ। ਹੁਣ ਮੌਕਾ ਦੇਖਿਆ, ਆਲੇ ਦੁਆਲੇ ਦੇ ਜਿਹੜੇ ਕੈਮਰੇ ਲੱਗੇ ਆ ਉਹਨਾਂ ਵਿੱਚੋਂ ਦੇਖਦੇ ਹਾਂ ਵੀ ਸ਼ਾਇਦ ਕਿਸੇ ਦੀ ਸ਼ਨਾਖਤ ਹੋਵੇ, ਅਤੇ FIR ਦਰਜ ਕਰਕੇ ਕਰ